ਬੇਨਤੀ ਕਰਦਾ ਮੈਂ ਬਲਦੇਵ ਸਿੰਘ ਤੁਹਾਡੇ ਵਿੱਚੋਂ ਹੀ ਇੱਕ ਦੋ ਸਵਾਲ ਕਰਨੇ ਚਾਹੁੰਦਾ ਹੈ। ਬੀਬਾ ਸਵਾਲਾਂ ਦੇ ਜਵਾਬ ਜ਼ਰੂਰ ਦੇ ਕੇ ਜਾਣ। ਪਹਿਲਾ ਸਵਾਲ, ਚਲੋ ਅਸੀਂ ਭੁੱਲਣ ਭਾਈਚਾਰਾ ਬਿਲਕੁਲ ਵੋਟ ਨਹੀਂ ਪਾਵਾਂਗੇ। ਮੇਰੇ ਭਰਾ, ਤੈਨੂੰ ਬਾਦਲ ਵਾਲਿਆਂ ਦਾ ਜ਼ਿਆਦਾ ਪਿਆਰ ਹੈ, ਸਾਡਾ ਮਜ਼ਬੂਰ ਨੇ ਭੇਜਿਆ ਬੋਲਿਆਂ ਨੂੰ। ਸੱਤਾ ਦਾ ਸੁੱਖ ਮਾਣਦਿਆਂ ਲੋਕਾਂ ਨੂੰ ਨਜ਼ਰਅੰਦਾਜ਼ ਕਰਨ ਵਾਲੀਆਂ ਸਿਆਸੀ ਪਾਰਟੀਆਂ ਦੇ ਚੋਣ ਮੈਦਾਨ ਵਿੱਚ ਨਿਤਰੇ ਲੀਡਰਾਂ ਲਈ ਚੋਣਾਂ ਦੇ ਦਿਨ ਬਹੁਤ ਹੀ ਮੁਸ਼ਕਲ ਭਰੇ ਲੰਘ ਰਹੇ ਹੈ। ਖਾਸ ਕਰ ਸੱਤਾ ਦਾ ਸੁੱਖ ਮਾਣ ਚੁੱਕੇ ਸ਼੍ਰੋਮਣੀ ਅਕਾਲੀ ਦਲ ਅਤੇ ਮੌਜੂਦਾ ਦੌਰ 'ਚ ਸੁੱਖ ਮਾਣ ਰਹੀ ਕਾਂਗਰਸ ਹਾਲ ਦੀ ਘੜੀ ਵਿੱਚ ਵੋਟਰਾਂ ਦੀਆਂ ਕੌੜੀਆਂ ਕਸੈਲੀਆਂ ਸੁਣਨ ਲਈ ਮਜਬੂਰ ਹੈ। ਬਠਿੰਡਾ ਲੋਕ ਸਭਾ ਸੀਟ 'ਤੇ ਹਰਸਿਮਰਤ ਕੌਰ ਬਾਦਲ ਅਤੇ ਰਾਜਾ ਵੜਿੰਗ ਨੂੰ ਆਏ ਦਿਨ ਕਿਤੇ ਨਾ ਕਿਤੇ ਲੋਕਾਂ ਦੁਆਰਾ ਘੇਰਿਆ ਜਾ ਰਿਹਾ, ਪਰ ਸਿਆਸੀ ਲੀਡਰ ਵੋਟਾਂ ਦੇ ਮਤਲਬ ਲਈ ਆਪਣੇ ਵਿਰੁੱਧ ਉੱਠ ਰਹੀਆਂ ਆਵਾਜ਼ਾਂ ਨੂੰ ਬਰਦਾਸ਼ਤ ਕਰਨ ਲਈ ਮਜਬੂਰ ਹਨ। ਵੋਟਰਾਂ ਨੂੰ ਬੋਲਣ ਦੀ ਆਜ਼ਾਦੀ ਜ਼ਿਆਦਾ ਲੰਬੀ ਰਹਿਣ ਵਾਲੀ ਨਹੀਂ। 19 ਮਈ ਨੂੰ ਪੋਲਿੰਗ ਹੋਣ ਤੋਂ ਬਾਅਦ ਵੋਟਰਾਂ ਨੂੰ ਸਭ ਕੁਝ ਕਹਿਣ ਦਾ ਅਧਿਕਾਰ ਨਹੀਂ ਰਹੇਗਾ, ਕਿਉਂਕਿ ਸਿਆਸੀ ਲੋਕਾਂ ਦੇ ਸੁਭਾਅ 'ਚ ਤਬਦੀਲੀ ਆਉਣੀ ਸੁਭਾਵਿਕ ਹੈ। ਮੇਰਾ ਵਿਰੋਧ ਬਿਲਕੁਲ ਨਹੀਂ ਹੋਇਆ। ਮੈਂ ਕੋਲਿਆਂ ਵਾਲੀ ਪਿੰਡ ਗਿਆ, ਉੱਥੋਂ ਦਾ ਇੱਕ ਜਿਹੜਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਬੰਦਾ ਕੰਮ ਕਰਦਾ, ਉਹ ਦਿਆਲ ਸਿੰਘ ਕੋਲਿਆਂ ਵਾਲੀ ਨੇ ਭੇਜਿਆ। ਬਹੁਤ ਹੀ ਸਤਿਕਾਰਯੋਗ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬੇਨਤੀ ਕਰਨੀ ਚਾਹੁੰਦਾ ਸਿਰਫ 2 ਮਿੰਟ। ਬੜੇ ਆਏ ਆ, ਸਾਰਿਆਂ ਨੂੰ ਆਪਾਂ ਸਲਾਮਾਂ ਕਰੀਏ। ਮੇਰੇ ਸਵਾਲ ਆ 1-2, ਠੀਕ ਹੈ, ਬੋਲਣ ਨਹੀਂ ਦਿੱਤਾ ਜਾਂਦਾ। ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ, ਮੈਂ ਬਲਦੇਵ ਸਿੰਘ ਤੁਹਾਡੇ ਵਿੱਚੋਂ ਹੀ 1-2 ਸਵਾਲ ਕਰਨੇ ਚਾਹੁੰਦਾ ਹੈ। ਬੀਬਾ ਸਵਾਲਾਂ ਦੇ ਜਵਾਬ ਜ਼ਰੂਰ ਦੇ ਕੇ ਜਾਣ। ਪਹਿਲਾ ਸਵਾਲ, ਚਲੋ ਅਸੀਂ ਭੁੱਲਣ ਭਾਈਚਾਰਾ ਬਿਲਕੁਲ ਵੋਟ ਨਹੀਂ ਪਾਵਾਂਗੇ, ਸਾਰੇ ਪੰਜਾਬ ਦੇ ਵਿੱਚ ਵਿਰੋਧ ਕਰਾਂਗੇ, ਕੋਈ ਵੋਟ ਨਹੀਂ ਕਰਾਂਗੇ। ਜਿਹੜਾ ਮਹਾਰਾਜਾ ਅਮਰਿੰਦਰ ਸਿੰਘ ਜਿਹਨੇ ਹਰੀ ਪਾਤੀ, ਅੱਜ ਤੁਸੀਂ ਦੇਖ ਰਹੇ ਹੋ ਜਿਹੋ ਚੋਣਾਂ ਗਰਦੀ ਵਿੱਤ ਮੰਤਰੀ ਦੇ ਪਰਿਵਾਰ ਦੇ ਨਾਲ ਇੱਥੇ ਬਠਿੰਡੇ 'ਚ ਚੱਲ ਰਹੀ ਹੈ। ਹੁਣ ਮਹਾਰਾਜਾ ਅਮਰਿੰਦਰ ਸਿੰਘ ਨੇ ਬਠਿੰਡੇ ਦੇ ਲੋਕਾਂ ਦੇ ਉੱਤੇ ਭੜਾਸ ਕੱਢਣ ਵਾਸਤੇ ਹੋਰ ਛੋਟਾ ਰਾਜਾ ਭੇਜਤਾ, ਕਿ ਗੁੰਡਾ ਟੈਕਸ ਤੁਹਾਡੇ ਵਾਸਤੇ ਕਾਫੀ ਨਹੀਂ ਸਰ, ਹੁਣ ਇੱਕ ਹੋਰ ਛੋਟਾ ਰਾਜਾ ਆ ਗਿਆ, ਜਿਹੜੀ ਬਚੀ ਕੁਚੀ ਕਸਰ ਹੈ ਉਹ ਕੱਟ ਜੂਗਾ। ਸੋ ਇਹ ਤਾਂ ਕਹਿੰਦਾ ਕਿ ਮੈਂ ਬਠਿੰਡੇ ਨੂੰ ਗਿੱਦੜਵਾ ਬਣਾਉਣਾ ਚਾਹੁੰਦਾ। ਮੈਂ ਤਾਂ ਬਠਿੰਡੇ ਵਾਲਿਆਂ ਨੂੰ ਕਹਿੰਦੀ ਹਾਂ ਕਿ ਸੰਭਲ ਜਾਓ, ਬਸਾ ਅਸੀਂ ਇਹਨੂੰ ਬਠਿੰਡਾ ਬਣਾਇਆ, ਮੈਂ ਬਠਿੰਡੇ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੀ ਹਾਂ ਕਿ ਇੱਥੇ ਸਾਰੇ ਰਲ ਮਿਲ ਕੇ ਗੁੰਡਾਗਰਦੀ ਫੈਲਾ ਕੇ ਬਠਿੰਡੇ ਦੀ ਤਰੱਕੀ ਨੂੰ ਰੋਕ ਕੇ ਗੇਮਸ ਨੂੰ ਰੋਕਣ ਵਾਸਤੇ। ਕੇਜਰੀਵਾਲ ਵੱਲੋਂ ਜਿਹੜੇ ਲੋਕ ਝੂਠੇ ਲਾਰੇ ਲੱਪੇ ਲਾ ਕੇ ਵਾਅਦੇ ਕਰਕੇ ਵੋਟਾਂ ਨੂੰ ਵੱਡੀਆਂ ਵੱਡੀਆਂ ਗੱਲਾਂ ਕਰਕੇ ਵੋਟਰਸ ਨੂੰ ਉਹਨਾਂ ਦੀ ਵੋਟ ਲੈ ਕੇ ਲੋਕਾਂ ਨੂੰ ਭੁੱਲ ਜਾਂਦੇ ਨੇ, ਵਾਅਦਿਆਂ ਤੋਂ ਮੁੱਕ ਜਾਂਦੇ ਨੇ। ਇਹ ਨੌਜਵਾਨ ਪੀੜ੍ਹੀ ਜਿਹੜੀ ਹੈਗੀ ਹੈ, ਜਨਤਾ ਹੈਗੀ ਹੈ, ਕਿਸੇ ਹਾਲਤ 'ਚ ਬਰਦਾਸ਼ਤ ਨਹੀਂ ਕਰੂਗੀ ਅਤੇ ਮੂੰਹ ਤੋੜ ਜਵਾਬ ਉਹਨਾਂ ਸਾਰਿਆਂ ਲੀਡਰਾਂ ਨੂੰ ਦਊਗੀ ਜਿਹੜਾ ਨੇ ਝੂਠੇ ਲਾਰੇ ਲਾਏ। ਅੱਜ ਕਾਂਗਰਸ ਪਾਰਟੀ ਦੇ ਖੁਦ ਦੇ ਵਿਧਾਇਕ ਬਾਹਰ ਨਿਕਲ ਨਹੀਂ ਸਕਦੇ ਨੇ, ਜਿਹੜੇ ਇਹਨਾਂ ਦੇ ਕੈਂਡੀਡੇਟਸ ਨੇ ਉਹ ਜਿੱਥੇ ਵੀ ਜਾ ਰਹੇ ਨੇ ਉਹਨਾਂ ਜਾਂ ਤਾਂ ਸਵਾਲ ਪੁੱਛੇ ਜਾ ਰਹੇ ਨੇ ਜਾਂ ਕਾਲੀ ਝੰਡੀਆਂ ਦਿਖਾਈਆਂ ਜਾ ਰਹੀਆਂ ਨੇ, ਕਿਉਂਕਿ ਵਾਅਦੇ ਇੰਨੇ ਵੱਡੇ ਵੱਡੇ ਕੀਤੇ ਅਤੇ ਕੁਰਸੀ ਦੇ ਵਿੱਚ ਆ ਕੇ ਸੱਤਾ ਵਿੱਚ ਬਹਿ ਕੇ ਲੋਕਾਂ ਨੂੰ ਭੁੱਲ ਗਏ ਅਤੇ ਵਾਅਦਿਆਂ ਤੋਂ ਵੀ ਮੁੱਕਰ ਗਏ। ਥੈਂਕ ਯੂ।